ਮਰਕਾ ਇਹ ਭਲਾਈ ਕਿ ਨਹੀਂ ਖਾ ਜਾ ਪੀਤੇ ਮੈਂ ਅਗਰ ਕਹਿਣਵੇ ਖਾ ਜਾ ਪੀਜਾ ਤਾਂ ਵਲੋਗੇ ਤੋ ਪਤਾ ਲੱਗ ਪਿਆ ਸੀ ਮੈਂ ਸਵੇਰ ਨਾਲ ਉੱਠਿਆ ਤੇ ਅਗੋ ਸਾਲਾਂ ਪੀ ਆਈ ਤੀ ਮੈਂ ਕਿਉਂ ਨਾ ਵਾਂਝ ਕਿ ਆਪ ਹੀ ਜਿਹੜਾ ਇਹਨਾਂ ਮਸ਼ਹੂਰ ਕੋਏ ਦੇਖ ਕੇ ਆਵਾਂ ਮੈਂ ਜਲਦੀ ਤੋ ਕੋ ਡੱਬੇ ਪਾਤੇ ਤੇ ਮੈਂ ਰਾਸ਼ਦ ਭਾਈ ਕੋ ਬਿਲਾਏ ਮੈਂ ਕਿ ਜਲੂ ਆ ਜੁਲ ਕੇ ਜਿਹੜਾ ਇਹਨਾਂ ਮੁਫਤ ਦੀ ਉਹਨਾਂ ਉੱਤੇ ਮਿੰਨਤ ਲਾ ਕਿਉਂ ਪਹਿਲੇ ਪਹਿਲ 150 ਦਾ ਪੈਟਰੋਲ ਸਟਾਵਰ ਤੋਂ ਬਾਅਦ ਜਿਹੜਾ ਅਸਾਂ ਉਹਨੇ ਕੋ ਸਾਲਾਂ ਦਿੱਤੇ ਸਾਲਾਂ ਦੇ ਮਾਰ ਤੋਂ ਬਾਅਦ ਸਾਰਾ ਮੂਡ ਥੀ ਕਿ ਅੱਜ ਕੋਈ ਸੋਡਾ ਵੋਡਾ ਤੇ ਵਾਂਝ ਕੇ ਕੋਈ ਮਿਲਕ ਸ਼ੇਕ ਵਗੈਰਾ ਕੋਈ ਚੀਜ਼ਾਂ ਇੰਜੋਏ ਕਰੋ ਜਲੇ ਗਏ ਆ ਉਤਾ ਕੋਈ ਨਵੀਂ ਚੀਜ਼ ਸਾਰੇ ਹੱਥੇ ਲੱਗੇ ਜਿਹਨੇ ਕੋ ਸਲਸ਼ੇਜ਼ ਆਤਿਆਂ ਤੇ ਅਸਾਂ ਜਿਹੜਾ ਨਾ ਉਹਨੇ ਕੀਤੇ ਨੂੰ ਆਰਡਰ ਦੇ ਦਿੱਤੇ ਇਹ ਜਿਹੜਾ ਛੋਟਾ ਗਲਾਸ ਆ ਕੋ 100 ਰੁਪਏ ਦਾ ਰਿਤੇ ਨੇ ਤੇ ਜਿਹੜਾ ਵੱਡਾ ਗਲਾਸ ਹੈ 130 ਰੁਪਏ ਦਾ ਤੇ ਅਸਾਂ ਕਿ ਛੋਟੇ ਨਾਲ ਜ਼ਰਾ ਚੈੱਕ ਕਰਕੇ ਕੋਈ ਐਕਸਪੀਰੀਅੰਸ ਕਿਵੇਂ ਹੀ ਰਹਾ ਤੇ ਅਸਾਂ ਜਿਹੜਾ ਚੈੱਕ ਕੀਤੇ ਜ਼ਾਇਕਾ ਥੋੜਾ ਜਿਹਾ ਬਸ ਨਾਰਮਲ ਹੀ ਤੇ ਉਹਦੇ ਬਾਅਦ ਜਿਹੜਾ ਨਾ ਸਾਰਾ ਕੋਈ ਕੰਮ ਹੈ ਅਸਾਂ ਕਿ ਵਾਂਝ ਕੇ ਉਹ ਜਿਹੜਾ ਨਾ ਕੰਮ ਵਗੈਰਾ ਕਰਕੇ ਆਉਂ ਅਸਾਂ ਪ੍ਰਿੰਟਿੰਗ ਕਰਾਵਣ ਤੋਂ ਬਾਅਦ ਸਿੱਧਾ ਜਿਹੜਾ ਨਾ ਅਸਾਂ ਪਹੁੰਚ ਗਏ ਆ ਪੋਸਟ ਆਫਿਸ ਦੇ ਉੱਥਾਂ ਵਾਂਝ ਕੇ ਉਹ ਡਾਕੂਮੈਂਟਸ ਵਗੈਰਾ ਜਮ੍ਹਾਂ ਕਰਾਏ ਸੀ ਉਹ ਜਮ੍ਹਾਂ ਕਰਾਵਣ ਤੋਂ ਬਾਅਦ ਅਸਾਂ ਜਿਹੜਾ ਨਾ ਵਾਪਸ ਆਏ ਆ ਫਲੂਦਾ ਵਗੈਰਾ ਖਾਦੇ ਸੀ ਫਲੂਦਾ ਖਾਵਣ ਤੋਂ ਬਾਅਦ ਅਸਾਂ ਵਾਪਸ ਆ ਗਏ ਉਮੀਦ ਹੈ ਕਿ ਅੱਜ ਦਾ ਵਲੌਗ ਅੱਛਾ ਲੱਗਾ ਸੀ ਚਲੋ ਯਾਰ ਮਿਲਦੇ ਹਾਂ ਨੈਕਸਟ ਵੀਡੀਓ ਨਾਲ ਅੱਲਾਹ ਹਾਫਿਜ਼।